ਪੰਜਾਬੀ ਟੇਸ਼ਨ ਦੇ ਨਾਲ ਜੁੜੇ ਹੋ ਜੀ ਅਤੇ ਮੈਂ ਜੱਸੀ ਬੜੈਚ ਦੋਸਤੋ ਹਾਜ਼ਰ ਹੈ ਇੱਕ ਕਮਾਲ ਦੀ ਜਾਣਕਾਰੀ ਲੈ ਕੇ। ਸੋ ਦੋਸਤੋ ਅੱਜ ਇੱਕ ਸਿੱਧੂ ਮੂਸੇ ਵਾਲੇ ਬਾਈ ਹੁਣਾਂ ਦਾ ਇੱਕ ਗੀਤ ਸਾਡੇ ਜਹਿਨ 'ਚ ਆਇਆ, ਕਹਿੰਦੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਵੈਸੇ ਗੱਲ ਕਰੀਏ ਤਾਂ ਸਿੱਧੂ ਮੂਸੇ ਵਾਲੇ ਬਾਈ ਹੁਣਾਂ ਦਾ ਹਰ ਇੱਕ ਗੀਤ ਸੁਪਰ ਡੁਪਰ ਟੀ, ਹਰ ਸ਼ਬਦ ਆਪਣੇ ਆਪ ਦੇ ਵਿੱਚ ਲੈਜੈਂਡ ਹੁੰਦਾ। ਸੋ ਦੋਸਤੋ ਇਸ ਗੀਤ ਨੂੰ ਹੰਬਲ ਮੋਸ਼ਨ ਪਿਕਚਰ ਦੇ ਵੱਲੋਂ ਰਿਲੀਜ਼ ਕੀਤਾ ਗਿਆ ਸੀਗਾ। ਸੋ ਉੱਥੇ ਹੀ ਹੁਣ ਦੱਸ ਦਿੰਦੇ ਹਾਂ ਕਿ ਉੱਚੀਆਂ ਗੱਲਾਂ ਹੋਰ ਉੱਚੀਆਂ ਗੱਲਾਂ ਹੋਣ ਵਾਲੀਆਂ ਨੇ, ਕਿਉਂਕਿ ਇਸ ਗੀਤ ਨੂੰ ਲੈ ਕੇ ਫਿਲਮ ਦਾ ਟਾਈਟਲ ਰੱਖਿਆ ਗਿਆ, ਫਿਲਮ ਦਾ ਨਾਮ ਰੱਖਿਆ ਗਿਆ ਜਿਸ ਦਾ ਨਾਮ ਹੈ ਜੀ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਗਿੱਪੀ ਗਰੇਵਾਲ ਹੋਰਾਂ ਨੇ ਆਪਣੀ ਆਉਣ ਵਾਲੀ ਫਿਲਮ ਦੀ ਅਨਾਉਂਸਮੈਂਟ ਕਰ ਦਿੱਤੀ, ਉੱਥੇ ਹੀ ਫਿਲਮ ਦੀ ਫਸਟ ਲੁੱਕ ਵੀ ਰਿਲੀਜ਼ ਕੀਤੀ ਗਈ ਹੈ, ਜਾਰੀ ਕੀਤੀ ਗਈ ਹੈਗੀ। ਸੋ ਕਮਾਲ ਦੀ ਲਾਈਨ ਉਹਨਾਂ ਨੇ ਲਿਖੀ ਹੈ ਫਿਲਮ 'ਤੇ ਟਾਈਪ ਕੀਤੀ ਆ, ਜਿਹਦੀ ਰੱਗ 'ਚ ਫਤਿਹ ਉਹਦੀ ਜੱਗ 'ਚ ਫਤਿਹ। ਸੋ ਕਹਿ ਸਕਦੇ ਹਾਂ ਕਿ ਕਮਾਲ ਦੀ ਕਹਾਣੀ ਹੋਣ ਵਾਲੀ ਆ। ਸੋ ਦੋਸਤੋ ਗਿੱਪੀ ਗਰੇਵਾਲ ਹੋਰਾਂ ਦੀ ਲੁੱਕ ਦੀ ਗੱਲ ਕਰੀਏ ਤਾਂ ਸਾਨੂੰ ਇਸ ਫਿਲਮ ਦੇ ਵਿੱਚ ਉਹਨਾਂ ਦੀ ਇੱਕ ਵੱਖਰੀ ਲੁੱਕ ਆਏਗੀ, ਜਿਸ ਤਰੀਕੇ ਨਾਲ ਆਪਣੇ ਉਹਨਾਂ ਨੂੰ ਜੱਟ ਜੇਮਸ ਬੌਂਡ ਵਰਗੀ ਫਿਲਮ ਦੇ ਵਿੱਚ ਵੇਖਿਆ ਸੀ। ਸੋ ਲੱਗਦਾ ਕਿ ਉਸੇ ਤਰ੍ਹਾਂ ਦੀ, ਉਸੇ ਸਬਜੈਕਟ ਨੂੰ ਲੈ ਕੇ ਉਸੇ ਤਰ੍ਹਾਂ ਦੀ ਕਹਾਣੀ ਇਹ ਹੋਣ ਵਾਲੀ ਆ, ਉਸੇ ਤਰ੍ਹਾਂ ਦੀ ਲੁੱਕ ਉਹਨਾਂ ਦੀ ਜਿਹੜੀ ਸਾਨੂੰ ਫਿਰ ਨਜ਼ਰ ਫਿਰ ਦੇਖਣ ਨੂੰ ਮਿਲੀ ਆ। ਸੋ ਦੋਸਤੋ ਦੱਸ ਦਿੰਦੇ ਹਾਂ ਕਿ ਇਸ ਵਾਰ ਕਮਾਲ ਹੋਰ ਹੋਣ ਵਾਲਾ, ਉੱਚੀਆਂ ਗੱਲਾਂ ਹੋਰ ਉੱਚੀਆਂ ਕਿਵੇਂ ਹੋਣਗੀਆਂ ਦੱਸ ਦਿੰਦੇ ਹਾਂ, ਕਿਉਂਕਿ ਇਸ ਵਾਰ ਗਿੱਪੀ ਗਰੇਵਾਲ ਹੋਰਾਂ ਦੇ ਨਾਲ ਪਹਿਲੀ ਵਾਰੀ ਫਿਲਮ ਦੇ ਵਿੱਚ ਇਕੱਠੇ ਨਜ਼ਰ ਆਉਣਗੇ ਗਿੱਪੀ ਗਰੇਵਾਲ ਅਤੇ ਤਾਨੀਆ। ਸੋ ਕਹਿ ਸਕਦੇ ਹਾਂ ਜੀ ਕਿ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਇਹ ਇਕੱਠਿਆਂ ਦੀ ਇਹ ਪਹਿਲੀ ਫਿਲਮ ਉਹਨਾਂ ਦੀ ਹੋਵੇਗੀ ਜਦੋਂ ਆਪਾਂ ਇਕੱਠਿਆਂ ਨੂੰ ਉਹਨਾਂ ਨੂੰ ਔਨ ਸਕਰੀਨ 'ਤੇ ਵੇਖਾਂਗੇ। ਸੋ ਕਹਿ ਸਕਦੇ ਹਾਂ ਕਿ ਉਹਨਾਂ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਹੋਰ ਕਾਫੀ ਕਲਾਕਾਰ ਜਿੱਦਾਂ ਕਿ ਰਾਜਦੀਪ ਸ਼ੌਕਰ, ਅਨੀਤਾ ਦੇਵਗਨ, ਹਰਦੀਪ ਗਿੱਲ ਅਤੇ ਨਿਰਮਲ ਰਿਸ਼ੀ ਮੈਮ ਹੋਰਾਂ ਨੇ ਅਹਿਮ ਆਪਣੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਸੋ ਦੋਸਤੋ ਉੱਥੇ ਹੀ ਦੱਸ ਦਿੰਦੇ ਹਾਂ ਕਿ ਇਸ ਫਿਲਮ ਦੇ ਡਾਇਰੈਕਟਰ ਨੇ ਜੀ ਪੰਕਜ ਬੱਤਰਾ। ਸੋ ਕਹਿ ਸਕਦੇ ਹਾਂ ਕਿ ਕਮਾਲ ਦੀਆਂ ਫਿਲਮਾਂ ਨੂੰ ਉਹਨਾਂ ਨੇ ਡਾਇਰੈਕਟ ਕੀਤਾ। ਸੋ ਇਸ ਫਿਲਮ ਨੂੰ ਵੀ ਉਹਨਾਂ ਦੇ ਵੱਲੋਂ ਡਾਇਰੈਕਟ ਕੀਤਾ ਗਿਆ। ਉੱਥੇ ਹੀ ਦੋਸਤੋ ਇਸ ਫਿਲਮ ਦੇ ਰਾਈਟਰ ਨੇ ਜੀ ਰਾਕੇਸ਼ ਧਵਨ। ਸੋ ਉਹਨਾਂ ਦੀ ਕਲਮ ਬਾਰੇ ਆਪਾਂ ਅਕਸਰ ਉਹਨਾਂ ਜਦੋਂ ਉਹਨਾਂ ਨੇ ਬਹੁਤ ਸੁਪਰ ਡੁਪਰ ਹਿੱਟ ਫਿਲਮਾਂ ਨੂੰ ਉਹਨਾਂ ਨੇ ਲਿਖਿਆ। ਸੋ ਕਹਿ ਸਕਦੇ ਹਾਂ ਕਿ ਇਸ ਫਿਲਮ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਉਹਨਾਂ ਨੇ ਇਸ ਫਿਲਮ ਨੂੰ ਲਿਖਿਆ ਹੈਗਾ। ਸੋ ਦੋਸਤੋ ਉੱਥੇ ਹੀ ਇਸ ਫਿਲਮ ਨੂੰ ਜੀ ਸਟੂਡੀਓ ਅਤੇ ਪੰਕਜ ਬੱਤਰਾ ਦੇ ਵੱਲੋਂ ਪ੍ਰਜੈਂਟ ਕੀਤਾ ਜਾਣਾਗਾ। ਸੋ ਦੋਸਤੋ ਫਿਲਮ ਮਾਰਚ ਦੇ ਵਿੱਚ 2023 ਦੇ ਵਿੱਚ ਰਿਲੀਜ਼ ਹੋਏਗੀ। ਸੋ ਸਾਨੂੰ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਫਿਲਮ ਦੀ ਫਸਟ ਲੁੱਕ ਵੇਖਾਂਗੇ ਤਾਂ ਸਾਡੀ ਐਕਸਾਈਟਮੈਂਟ ਜਿਹੜੀ ਉਹ ਜ਼ਰੂਰ ਦੂਣੀ ਚੋਣੀ ਹੋ ਜਾਣੀ ਆ, ਕਿਉਂਕਿ ਸਾਨੂੰ ਲੱਗੇਗਾ ਕਿ ਕਦੋਂ ਜਲਦੀ ਜਲਦੀ ਅਸੀਂ ਫਿਲਮ ਦਾ ਟ੍ਰੇਲਰ ਨੂੰ ਮਾਣਾਂਗੇ, ਫਿਲਮ ਨੂੰ ਮਾਣਾਂਗੇ, ਕਿਉਂਕਿ ਜੋ ਫਸਟ ਲੁੱਕ ਫਿਲਮ ਦੀ ਨਿਕਲ ਕੇ ਆਈ ਆ ਕਮਾਲ ਦੀ ਨਿਕਲ ਕੇ ਆਈ ਆ। ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਗਿਆ ਕਿ ਆਪਾਂ ਅਕਸੈਪਟ ਕਰਦੇ ਸੀ, ਆਪਾਂ ਅਕਸਰ ਕਹਿੰਦੇ ਹੁੰਦੇ ਸੀ ਕਿ ਬਾਈ ਜੱਟ ਜੇਮਸ ਮੋਨ ਵਰਗੀ ਕੋਈ ਫਿਲਮ ਬਣੇ, ਉੱਦਾਂ ਦੀ ਕੋਈ ਤੁਹਾਡੀ ਲੁੱਕ ਆਵੇ। ਸੋ ਕਹਿ ਸਕਦੇ ਹਾਂ ਕਿ ਇਸ ਵਾਰ ਕਹਾਣੀ ਤਾਂ ਨਹੀਂ ਪਤਾ ਹੈ ਕਿ ਕਹਾਣੀ ਕਿਸ ਤਰੀਕੇ ਦੀ ਹੋਏਗੀ, ਪਰ ਫਿਲਮ ਦੀ ਫਸਟ ਲੁੱਕ ਦੇਖਣ ਤੋਂ ਲੱਗਦਾ ਗਾ ਕਿ ਕਹਾਣੀ ਕਮਾਲ ਦੀ ਹੋਏਗੀ, ਸਟਾਰ ਕਾਸਟ ਕਮਾਲ ਦੀ ਹੈ। ਜਿੱਦਾਂ ਕਿ ਫਿਲਮ ਨੂੰ ਕਹਿ ਸਕਦੇ ਹਾਂ ਕਿ ਜਦ ਤੱਕ ਫਿਲਮ ਦਾ ਕੋਈ ਟ੍ਰੇਲਰ ਰਿਲੀਜ਼ ਨਹੀਂ ਹੋਏਗਾ ਸਾਡੀ ਐਕਸਾਈਟਮੈਂਟ ਹੈ ਜਿਹੜੀ ਉਹ ਬਰਕਰਾਰ ਰਹੇਗੀ। ਸੋ ਦੋਸਤੋ ਤੁਸੀਂ ਉਦੋਂ ਤੱਕ ਫਿਲਮ ਨੂੰ ਆਪਾਂ ਮਾਣਾਂਗੇ, ਕਹਿ ਸਕਦੇ ਹਾਂ ਕਿ ਜਲਦੀ ਫਿਲਮ ਰਿਲੀਜ਼ ਹੋਣ ਵਾਲੀ ਆ, ਉਹਨਾਂ ਦੀ ਹਨੀਮੂਨ ਫਿਲਮ ਵੀ ਰਿਲੀਜ਼ ਹੋਣ ਵਾਲੀ ਆ, ਸਾਨੂੰ ਅਸੀਂ ਉਹਦੀ ਵੀ ਸਾਨੂੰ ਬੇਸਬਰੀ ਨਾਲ ਉਡੀਕ ਆ। ਸੋ ਗਿੱਪੀ ਗਰੇਵਾਲ ਹੋਰਾਂ ਦੇ ਵੱਲੋਂ ਅਕਸਰ ਹੀ ਕੋਈ ਨਾ ਕੋਈ ਵੱਖਰਾ ਜਿਹੜਾ ਉਹ ਪ੍ਰੋਜੈਕਟ ਜਿਹੜਾ ਕੀਤਾ ਜਾਂਦਾ। ਸੋ ਇਸ ਫਿਲਮ ਦੀ ਸਾਨੂੰ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਸਾਨੂੰ ਬੇਸਬਰੀ ਦੇ ਨਾਲ ਸਾਨੂੰ ਉਡੀਕ ਆ ਜਿਹੜੀ ਉਹ ਜ਼ਰੂਰ ਬਣੀ ਰਹੇ।